ਬਿਸਮਿਲ੍ਲਾ ਦੀ ਬਰਕਤ। ਅੱਜ ਮੈਂ ਬਣਾਵਾਂਗੀ ਪਕੌੜਾ ਚੌਕ ਦੇ ਪਕੌੜੇ। ਪਕੌੜਾ ਚੌਕ ਦੇ ਪਕੌੜੇ ਬਣਾਉਣਾ ਸੀ ਸਾਨੂੰ ਇੱਕ ਪਿਆਲੀ ਬੇਸਣ ਚਾਹੀਦਾ, ਕਾਲੂ ਚਾਹੀਦਾ ਬਰੀਕ ਕੱਟਿਆ ਹੋਇਆ, ਇੱਕ ਪਿਆਜ਼, 2 ਚਮਚ ਪਾਲਕ, 3 ਹਰੀਆਂ ਮਿਰਚਾਂ, 1 ਪਿਆਲੀ ਤੇਲ ਪਾਵਾਂਗੇ। ਮਸਾਲੇ ਸੁਰਖ ਪੀਸੀ ਮਿਰਚ 1 ਚਮਚ ਪਾਵਾਂਗੀ, ਨਮਕ 1/2 ਚਮਚ ਪਾਵਾਂਗੀ, ਪੀਸਾ ਧਨੀਆ 1/2 ਚਮਚ ਪਾਵਾਂਗੀ, ਹਲਦੀ 1/2 ਚਮਚ ਪਾਵਾਂਗੀ, 2 ਚੁਟਕੀ ਪਾਵਾਂਗੀ ਸਾਬਤ ਧਨੀਆ 1 ਚਮਚ ਪਾਵਾਂਗੀ, ਜ਼ੀਰਾ 1/2 ਚਮਚ ਪਾਵਾਂਗੀ, ਗਰਦਾ ਰੰਗ 2 ਚੁਟਕੀ ਪਾਵਾਂਗੀ, ਮਿੱਠਾ ਸੋਡਾ 2 ਚੁਟਕੀ ਪਾਵਾਂਗੀ। ਚਲੋ ਫਿਰ ਬਣਾ ਲਈਏ। ਵਿੱਚ ਪਹਿਲੇ ਬੇਸਣ ਪਾ ਦਾਂਗੇ, ਸੁੱਕੇ ਮਸਾਲੇ ਪਾ ਦਾਂਗੇ, ਜ਼ਰਦਾ ਰੰਗ ਪਾ ਦਾਂਗੇ, ਮਿੱਠਾ ਸੋਡਾ ਪਾ ਦਾਂਗੇ, ਪਿਆਜ਼, ਪਾਲਕ, ਹਰੀ ਮਿਰਚ ਅਤੇ ਆਲੂ ਪਾ ਦਾਂਗੇ। ਮਸਾਲੇ ਸਾਰੇ ਬੇਸਣ 'ਚ ਮਿਕਸ ਕਰਤੇ ਨੇ। ਹੁਣ ਮੈਂ ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਇਹਨੂੰ ਘੋਲ ਲਵਾਂਗੀ। ਬਿਸਮਿਲ੍ਲਾ। ਅੱਧਾ ਪਿਆਲੀ ਪਾਣੀ ਪਾ ਕੇ ਮੈਂ ਬੇਸਣ ਘੋਲ ਲਿੱਤਾ, ਹੁਣ ਇਹਨੂੰ 10 ਮਿੰਟ ਅਸੀਂ ਰੱਖ ਲਿਆ ਹੀ, ਮੈਂ ਅੱਗੂ 'ਤੇ ਰੱਖਤੀ। ਹੁਣ ਮੈਂ ਪਾ ਦਾਂਗੀ ਤੇਲ। ਬਿਸਮਿਲ੍ਲਾ। ਤੇਲ ਗਰਮ ਹੋ ਗਿਆ, ਹੁਣ ਅਸੀਂ ਪਕੌੜੇ ਬਣਾ ਲਾਂਗੇ। ਬਿਸਮਿਲ੍ਲਾ। ਸਾਰੇ ਪਕੌੜੇ ਮੈਂ ਇੰਜ ਹੀ ਪਾ ਦਾਂਗੇ। 3 ਮਿੰਟ ਹੋ ਗਏ ਨੇ ਪਕੌੜਿਆਂ ਨੂੰ ਸੇਕ ਲੱਗ ਗਿਆ, ਹੁਣ ਅਸੀਂ ਉਲਟਾ ਲੈਂਦੇ ਹਾਂ ਪਕੌੜਿਆਂ ਨੂੰ। ਮਾਸ਼ਾਅੱਲਾ, ਦੇਖਦੇ ਹਾਂ ਦੂਸਰੀ ਤਰਫਾਂ ਵੀ ਪਕੌੜਿਆਂ ਨੂੰ ਸੇਕ ਲੱਗ ਗਿਆ। ਮਾਸ਼ਾਅੱਲਾ, ਦੂਸਰੀ ਤਰਫਾਂ ਵੀ ਸੇਕ ਲੱਗ ਗਿਆ। ਬੇਟਾ ਜੀ, ਪਕੌੜਾ ਚੌਕ ਦੇ ਪਕੌੜੇ ਮੈਂ ਡਿਸ਼ ਆਊਟ ਕਰਨ ਲੱਗੀ ਹਾਂ, ਤੁਸੀਂ ਹੁਣ ਫਟਾਫਟ ਸਬਸਕ੍ਰਾਈਬ ਕਰ ਦਿਓ। ਜੀ, ਪਕੌੜਾ ਚੌਕ ਦੇ ਪਕੌੜੇ ਮੈਂ ਡਿਸ਼ ਆਊਟ ਕਰਤੇ ਨੇ, ਤੁਸੀਂ ਵੀ ਇਸ ਤਰ੍ਹਾਂ ਬਣਾਉਣਾ। ਦੁਆਵਾਂ 'ਚ ਯਾਦ ਰੱਖਣਾ। ਅੱਲਾ।